गंदले हो रहे वातावरण नूं बचाउण लई सरकार द्वारा दरख्त लगाउण दी मुहिम चलाई गई है। उसे लड़ी नूं अग्गे तोरदिआं होइआं निहाल सिंह वाला दे पिंड पत्तो हीरा सिंह विखे 1500 दरख्त लगाउण दी शुरुआत कीती गई। दरख्त लगाउण दी शुरुआत मोगा दे डिप्टी कमिश्नर कुलवंत सिंह अते निहाल सिंह वाला तो MLA मनजीत सिंह बिलासपुर वल्लों कीती गई। इस मौके बाबा रखड़दास कमेटी के सारे मैंबर भी मौजूद सन। पिंड वालों डिप्टी कमिश्नर मोगा अते हलका निहाल सिंह वाला दे MLA दा पहुंचन ते धन्नवाद भी किया गया। निहाल सिंह वाला तो किया बराड़ बारे वाला दी विशेष रिपोर्ट। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬੀ ਅਤੇ ਮੈਂ ਤੁਹਾਡੇ ਨਾਲ ਕੀਤਾ ਬਰਾੜ ਬਾਰੇ ਵਾਲਾ। ਦੋਸਤੋ, ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਚੁੱਕੇ ਹਾਂ। ਅੱਜ ਅਸੀਂ ਖੜ੍ਹੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ, ਜਿਸਮੇ ਕਿ ਪੱਤੋ ਸ਼ਕੀਨਾ ਦੀ ਕਿਹਾ ਜਾਂਦਾ ਹੈ। ਉਸੇ ਲੜੀ ਦੇ ਤਹਿਤ ਜਿਵੇਂ ਪੰਜਾਬ ਸਰਕਾਰ ਨੇ ਹਰ ਪਿੰਡ ਦੇ ਵਿੱਚ ਵੱਧ ਤੋਂ ਵੱਧ ਦਰਖਤ ਲਾਉਣ ਦਾ ਉਪਰਾਲਾ, ਜੋ ਪੰਜਾਬ ਸਰਕਾਰ ਦਾ ਵੀ ਕਦਮ ਆ ਅਤੇ ਆਪਣੇ ਤੌਰ 'ਤੇ ਵੀ ਜੋ ਕਿ ਪਿੰਡ ਦੀਆਂ ਕਮੇਟੀਆਂ ਉਹ ਵੱਧ ਤੋਂ ਵੱਧ ਦਰਖਤ ਲਾ ਰਹੀਆਂ ਤਾਂ ਕਿ ਜੋ ਇਹ ਹਰਿਆਲੀ ਹੈ ਉਹ ਬਰਕਰਾਰ ਰਹਿ ਸਕੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਅੱਜ ਪੱਤੋ ਹੀਰਾ ਸਿੰਘ ਪਿੰਡ ਦੇ ਵਿੱਚ ਵੀ ਜੋ ਕਿ ਉਪਰਾਲਾ ਇੱਕ ਕਮੇਟੀ ਨੇ ਕੀਤਾ, ਜੋ ਕਿ ਬਾਬਾ ਰੁਖੜਦਾਸ ਪ੍ਰਬੰਧਕ ਕਮੇਟੀ ਹੈ, ਉਸ ਦੇ ਵੱਲੋਂ ਅੱਜ ਇੱਕ ਦਰਖਤ ਲਾਏ ਗਏ, ਜਿਸ ਦੇ ਵਿੱਚ ਕੁਲਵੰਤ ਸਿੰਘ DC ਮੋਗਾ, MLA ਸਾਹਿਬ ਮਨਜੀਤ ਸਿੰਘ ਬਿਲਾਸਪੁਰ ਵਿਸ਼ੇਸ਼ ਤੌਰ 'ਤੇ ਪੁੱਜੇ। ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬੂਟੇ ਲਾ ਕੇ ਇਸ ਬਾਗ ਦਾ ਜੋ ਇੱਕ ਉਦਘਾਟਨ ਕੀਤਾ। ਸਾਡੇ ਨਾਲ ਕਮੇਟੀ ਮੈਂਬਰ ਮੌਜੂਦ ਆ, ਜੋ ਉਹਨਾਂ ਨੂੰ ਵੀ ਪੁੱਛ ਲੈਂਦੇ ਹਾਂ ਵੀ ਜੋ ਇਹ ਪ੍ਰਬੰਧ ਉਹਨਾਂ ਨੇ ਕਿਵੇਂ ਕੀਤਾ ਅਤੇ ਉਹ ਕਿੰਨੇ ਉੱਥੇ ਦਰਖਤ ਲਾ ਰਹੇ ਆ। ਪਹਿਲਾਂ ਸਵਾਗਤ ਕਰ ਰਹੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਕੁਲਵੰਤ ਸਿੰਘ। ਕੁਲਵੰਤ ਸਿੰਘ, ਹਾਂਜੀ। ਕੁਲਵੰਤ ਸਿੰਘ ਜੀ, ਪਹਿਲਾਂ ਸਾਨੂੰ ਇਹ ਦੱਸੋ ਵੀ ਜਿਹੜਾ ਅੱਜ DC ਸਾਹਿਬ ਕੁਲਵੰਤ ਸਿੰਘ ਜੀ ਵੀ ਆ ਕੇ ਗਏ ਆ, MLA ਸਾਹਿਬ ਵੀ ਆਏ ਆ, ਤੁਸੀਂ ਜੋ ਇਹ ਬਾਗ ਤਿਆਰ ਕਰ ਰਹੇ ਆ, ਬਗੀਚੀ ਕਹਿ ਕੇ ਤਿਆਰ ਕਰ ਰਹੇ ਆ, ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਦਰਖਤ ਲਾ ਰਹੇ ਆ ਅਤੇ ਕਿੰਨੇ ਲਾ ਰਹੇ? ਇਹਦੇ ਵਿੱਚ ਕੁੱਲ 75 ਕਿਸਮ ਦੇ ਦਰਖਤ ਲੱਗ ਰਹੇ ਆ। ਠੀਕ ਹੈ। ਘੱਟੋ ਘੱਟ 1500-1550 ਦਰਖਤ ਲੱਗ ਰਹੇ ਆ। ਠੀਕ ਹੈ। ਜਿਹੜਾ ਇਹ ਤੁਸੀਂ ਕਿਹਾ ਵੀ ਦਰਖਤ ਲੱਗ ਰਹੇ ਆ 1500, ਇਹਦੇ ਵਿੱਚ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਆਈ ਹੈ? ਇਹ ਸਾਰੇ ਬੂਟੇ ਹੀ ਪੰਜਾਬ ਸਰਕਾਰ ਵੱਲੋਂ ਆ ਰਹੇ ਆ। ਠੀਕ ਹੈ। ਜਿਹੜੇ ਸਾਰੇ ਬੂਟੇ ਪੰਜਾਬ ਸਰਕਾਰ ਵੱਲੋਂ ਆ ਰਹੇ ਆ ਸਾਡੇ ਫਰੀ ਆ ਰਹੇ। ਜਿਸ ਹਿਸਾਬ ਨਾਲ ਅੱਜ DC ਸਾਹਿਬ ਆਪ ਇੱਥੇ ਆ ਕੇ ਗਏ ਆ ਅਤੇ ਆਪਣੇ ਹੱਥੀਂ ਉਹਨਾਂ ਬੂਟਿਆਂ ਨੂੰ ਲਾ ਕੇ ਉਹਨਾਂ ਨੇ ਉਦਘਾਟਨ ਕੀਤਾ, ਕਿਸ ਤਰ੍ਹਾਂ ਦੇਖ ਰਹੇ ਹੋ ਜੀ? ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਦੇਖ ਕੇ ਇਸ ਗੱਲ ਦੀ। DC ਸਾਹਿਬ ਆਏ, MLA ਸਾਹਿਬ ਆਏ, ਉਹਨਾਂ ਨੇ ਆ ਕੇ ਸਾਡੇ ਬਾਗ ਦਾ ਉਦਘਾਟਨ ਕੀਤਾ ਅਤੇ ਹੁਣ ਅਸੀਂ ਇਹ ਕੰਮ ਬਰਕਰਾਰ ਰੱਖਾਂਗੇ ਸ਼ੁਰੂ ਕਰਾਂਗੇ। ਜਿਹੜੀ ਇਹ ਤੁਸੀਂ ਉਪਰਾਲਾ ਕਰ ਰਹੇ ਹਾਂ, ਇਹ ਕਮੇਟੀ ਦਾ ਨਾਂ ਦੱਸ ਦਿਓ ਵੀ ਕੀ ਹੈ? ਕਮੇਟੀ ਸਾਡੀ ਸੰਤ ਬਾਬਾ ਰੁਖੜਦਾਸ ਦੀ ਕਮੇਟੀ ਹੈ। ਠੀਕ ਹੈ। ਜਿਵੇਂ ਗੱਲ ਕਰਾਂ ਕੁਲਵੰਤ ਸਿੰਘ ਜੀ, ਮੰਨ ਲਓ ਜੇ ਇਹ ਦਰਖਤ ਲਾ ਤੇ, ਕਈ ਵਾਰ ਹੁੰਦਾ ਵੀ ਉਹਦਾ ਸਾਂਭ ਸੰਭਾਲ ਨਹੀਂ ਹੁੰਦੀ, ਬਾਅਦ ਦੇ ਵਿੱਚ ਉੱਥੇ ਹੀ ਕੰਮ ਖੜਾ ਰਹਿੰਦਾ, ਕੀ ਇਸ ਤਰ੍ਹਾਂ ਨਹੀਂ ਹੋਊਗਾ? ਨਹੀਂ, ਸਾਡੀ ਕਮੇਟੀ ਬਹੁਤ ਤਤਪਰ ਹੈ ਇਸ ਕੰਮ ਵਾਸਤੇ, ਹਰ ਟਾਈਮ ਇੱਥੇ ਹਾਜ਼ਰ ਰਹਿੰਦੇ ਹਾਂ ਅਤੇ ਮੋਟਰ ਲੱਗੀ ਹੋਈ ਹੈ, ਪਾਣੀ ਦਾ ਇੰਤਜ਼ਾਮ ਪੂਰਾ ਸਾਡਾ, ਪੂਰੀ ਸਾਂਭ ਸੰਭਾਲ ਕੀਤੀ ਜਾਊ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਦੋਸਤੋ, ਜਿਵੇਂ ਤੁਸੀਂ ਸੁਣਿਆ ਕਿ ਸਾਨੂੰ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 1500 ਤੋਂ ਉੱਪਰ ਇੱਥੇ ਦਰਖਤ ਲਾ ਰਹੇ ਆ। ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਕੁਲਵੰਤ ਸਿੰਘ DC MLA ਸਾਹਿਬ ਮਨਜੀਤ ਸਿੰਘ ਬਿਲਾਸਪੁਰ ਵਿਸ਼ੇਸ਼ ਤੌਰ 'ਤੇ ਉਦਘਾਟਨ ਕਰਕੇ ਗਏ ਆ। ਹਰ ਇੱਕ ਪਿੰਡ ਦੇ ਵਿੱਚ ਜੇ ਇਸ ਤਰ੍ਹਾਂ ਦਾ ਉਪਰਾਲਾ ਹੋਵੇ ਤਾਂ ਅਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਬਚਾ ਸਕਦੇ ਹਾਂ। ਕੀਤੇ ਬਾਰੇ ਵਾਲੇ ਨਾਲ ਨਿਊਜ਼ ਪੰਜਾਬ ਦੀ ਮੀਡੀਆ ਪੱਤੋ।